ਲੁਧਿਆਣਾ ਵਿੱਚ ਨਿੱਜੀ ਅਤੇ ਸਰਕਾਰੀ ਬੱਸ ਆਪਰੇਟਰ ਹੋਏ ਆਹਮਣੇ ਸਾਹਮਣੇ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਨਿੱਜੀ ਆਪਰੇਟਰਾਂ ਉੱਤੇ ਲਗਾਏ ਧੱਕਾਸ਼ਾਹੀ ਕਰਨ ਦੇ ਇਲਜ਼ਾਮ। ਲੁਧਿਆਣਾ ਬੱਸ ਸਟੈਂਡ ਵਿੱਚ ਮਾਮਲਾ ਉਸ ਸਮੇਂ ਤਣਾਅ ਭਰਿਆ ਹੋ ਗਿਆ ਜਦੋਂ ਨਿੱਜੀ ਬੱਸ ਚਾਲਕ ਉੱਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਆਹਮਣੋ ਸਾਹਮਣੇ ਹੋ ਗਏ, ਜਿਸ ਦੌਰਾਨ ਨਿੱਜੀ ਬੱਸ ਚਾਲਕ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਵੱਲੋਂ ਡਰਾਈਵਰ ਅਤੇ ਕੰਡਕਟਰ ਦੇ ਨਾਲ ਮਾਰਕੁੱਟ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਨਿੱਜੀ ਬੱਸ ਆਪਰੇਟਰ ਬਿਨਾਂ ਟਾਈਮ ਟੇਬਲ ਤੋਂ ਬੱਸਾਂ ਚਲਾ ਰਹੇ ਹਨ ਅਤੇ ਬੱਸ ਸਟੈਂਡ ਵਿੱਚ ਗੁੰਡਾਗਰਦੀ ਕਰਕੇ ਧੱਕੇਸ਼ਾਹੀ ਕਰ ਰਹੇ ਹਨ। ਰੋਡਵੇਜ਼ ਯੂਨੀਅਨ ਦੇ ਭਗਤ ਸਿੰਘ ਭਗਤਾ ਨੇ ਕਿਹਾ ਹੈ ਕਿ ਨਿੱਜੀ ਬੱਸ ਆਪਰੇਟਰ ਲੰਬੇ ਸਮੇਂ ਤੋਂ ਆਪਣੀਆਂ ਬੱਸਾਂ ਨੂੰ ਬੱਸ ਸਟੈਂਡ ਵਿੱਚ ਖੜ੍ਹਾ ਰੱਖਦੇ ਹਨ ਅਤੇ ਨਿਰਧਾਰਿਤ ਕੀਤੇ ਗਏ ਟਾਈਮ ਟੇਬਲ ਦੇ ਨਾਲ ਨਹੀਂ ਲਗਾਉਂਦੇ। ਉਹਨਾਂ ਨੇ ਕਿਹਾ ਹੈ ਕਿ ਇਸ ਸੰਬੰਧੀ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਉਹਨਾਂ ਨੇ ਮਜਬੂਰਨ ਅੱਜ ਧਰਨਾ ਲਗਾਇਆ ਹੈ। ਜਦਕਿ ਦੂਜੇ ਪਾਸੇ ਨਿੱਜੀ ਬੱਸ ਆਪਰੇਟਰ ਨੇ ਕਿਹਾ ਹੈ ਕਿ ਪੰਜਾਬ ਰੋਡਵੇਜ਼ ਦੇ ਡਰਾਈਵਰ ਕੰਡਕਟਰ ਉਹਨਾਂ ਦੇ ਕਾਗਜ਼ ਚੈੱਕ ਕਰਨ ਲਈ ਆਉਂਦੇ ਹਨ। ਇਸ ਉੱਤੇ ਉਹਨਾਂ ਦਾ ਕੋਈ ਹੱਕ ਨਹੀਂ ਹੈ ਕਿ ਉਹ ਸਿਰਫ਼ ਇਸ ਸੰਬੰਧਿਤ ਅਥਾਰਟੀ ਨੂੰ ਹੀ ਚੈੱਕ ਕਰਵਾ ਸਕਦੇ ਹਨ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਸਾਡੀਆਂ ਬੱਸਾਂ ਦੇ ਕਰਮਚਾਰੀਆਂ ਦੇ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ। ਧੰਨ ਭਗਤਾ ਜੀ, ਕੱਲ੍ਹ 12 ਵਜੇ ਆਪਣੇ 20-25 ਸਾਥੀਆਂ ਨਾਲ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਸਾਡਾ ਡਰਾਈਵਰ ਜੀ ਦੇ ਅੱਖ 'ਤੇ ਸੱਟ ਲੱਗੀ ਆ, ਆਹ ਗੁੱਟ 'ਤੇ, ਬਾਂਹ 'ਤੇ 3-4 ਸੱਟਾਂ ਮਾਰੀਆਂ, ਇਹਦੀ ਪੱਗ ਉਤਾਰੀ ਅਤੇ ਸਾਡਾ ਕੰਡਕਟਰ ਅੰਮ੍ਰਿਤਧਾਰੀ ਜੀ ਦੀ ਦਾੜੀ ਪੁੱਟੀ ਅਤੇ ਪੱਗ ਲਾਈ ਅਤੇ ਕੇਸ ਪੱਟੇ, ਠੀਕ ਹੈ ਜੀ। ਇਸ ਤੋਂ ਬਾਅਦ ਇਹ ਬੰਦੇ ਮੈਡੀਕਲ ਕਰਾਉਣ ਲਈ ਭੇਜ ਦਿੱਤੇ ਗਏ, ਇਹਨੇ ਆਪਣੇ ਸਾਥੀਆਂ ਨਾਲ ਆ ਕੇ ਕਾਊਂਟਰ ਦੇ ਉੱਤੇ ਜ਼ਬਰਦਸਤੀ ਸਾਡੀਆਂ ਬੱਸਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਦਾ ਕਹਿਣਾ ਸੀ ਕਿ ਰਾਜਧਾਨੀ ਬੱਸ ਦਾ, ਕਹਿੰਦੇ ਜੀ ਕੋਈ ਟਾਈਮ ਨਹੀਂ ਹੈ। ਅਸੀਂ ਇਹਨਾਂ ਨੂੰ ਦੱਸਿਆ ਵੀ ਵੀਰ ਜੀ ਇਹ ਜਿਹੜੀਆਂ ਪੰਜਾਬ ਰੋਡਵੇਜ਼ ਪਨ ਬੱਸ ਯੂਨੀਅਨ ਵੱਲੋਂ ਪੰਜਾਬ ਰੋਡਵੇਜ਼ ਦਾ ਬੱਸ ਸਟੈਂਡ ਦੇ ਵਿੱਚ ਹੁੰਦੀ ਲੁੱਟ ਬਚਾਓ ਅਤੇ ਪੰਜਾਬ ਰੋਡਵੇਜ਼ ਨੂੰ ਬਚਾਓ ਦੀ ਤਹਿਤ ਮੁਹਿੰਮ ਆ ਜੋ ਚਲਾਈ ਜਾਣੀ ਆ। ਸੋ ਅਸੀਂ ਕੱਲ੍ਹ ਦੇ ਤਕਰੀਬਨ 2-3 ਦਿਨਾਂ ਦੇ ਮੈਨੇਜਮੈਂਟ ਨੂੰ ਵਾਰ ਵਾਰ ਲਿਖਤੀ ਤੌਰ 'ਤੇ ਦੇ ਚੁੱਕੇ ਹਾਂ ਵੀ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਨੇ ਉਹ ਨਜਾਇਜ਼ ਤੌਰ 'ਤੇ ਲੁਧਿਆਣਾ ਬੱਸ ਸਟੈਂਡ ਦੇ ਵਿੱਚੋਂ ਬੱਸਾਂ ਭਰ ਕੇ ਲੈ ਕੇ ਜਾਂਦੇ ਨੇ ਬਿਨਾਂ ਟਾਈਮ ਟੇਬਲਾਂ ਤੋਂ, ਬਿਨਾਂ ਪਰਮਿਟਾਂ ਤੋਂ।